लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਪਿਆਰਾ ਦੋਸਤ ਸੁੱਖ ਕਰਤਾਰਪੁਰੀਆ ਅਤੇ ਨੈਸ਼ਨਲ ਬੱਸ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਕਹਿੰਦੇ ਨੇ ਗੰਦੀ ਉਡਾਦ ਮਜ਼ਾ ਨਾ ਸਵਾਦ। ਸੋ ਇਹ ਗੱਲ ਕਹਿ ਰਿਹਾ ਮੈਂ ਸਾਡੇ ਕੈਮਰਾਮੈਨ ਨੂੰ। ਮੈਂ ਕਹਿ ਰਿਹਾ ਭਾਅ ਜੀ, ਮੈਂ ਥੋੜ੍ਹਾ ਜਿਹਾ ਚਿੱਟਾ ਦਿਖਣਾ ਚਾਹੀਦਾ, ਥੋੜ੍ਹਾ ਸਾਫ਼ ਦਿਖਣਾ ਚਾਹੀਦਾ, ਲੁੱਕ ਮੇਰੀ ਘੈਂਟ ਹੋਣੀ ਚਾਹੀਦੀ ਹੈ ਟੀ ਵੀ ਦੇ ਵਿੱਚ। ਸੋ ਭਾਅ ਜੀ ਕਹਿ ਰਹੇ ਨੇ ਕਿ ਨਹੀਂ ਨਹੀਂ ਜਿਵੇਂ ਤੁਸੀਂ ਹੈਗੇ ਹੋ ਤੁਹਾਨੂੰ ਉਵੇਂ ਦਿਖਾਉਣਾ ਹੈ। ਚਲੋ ਭਾਈ, ਜਿਵੇਂ ਹੈਗੇ ਉਵੇਂ ਦਿਖਾ ਲਓ। ਅਤੇ ਕਮੇਡੀ ਐਕਸਪ੍ਰੈਸ ਸ਼ੋਅ ਤੁਹਾਡੇ ਲਈ ਹਾਜ਼ਰ ਆ। ਅਸੀਂ ਗੱਲ ਕਰਾਂਗੇ ਅੱਜ ਕੈਰੀ ਓਨ ਜੱਟਾ 2 ਫਿਲਮ ਬਾਰੇ। ਤੁਸੀਂ ਡਾਇਲੌਗ ਤੇ ਸਮਝ ਗਏ ਹੋਵੋਗੇ ਕਿ ਗੰਦੀ ਔਲਾਦ ਮਜ਼ਾ ਨਾ ਸਵਾਦ। ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ, ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਹਰੇ ਹੁਣ ਐ ਕੀਤਾ। ਤੇ ਆਓ ਅਸੀਂ ਨਾਲ ਨਾਲ ਟ੍ਰੇਲਰ ਦੇਖਦੇ ਹਾਂ ਤੇ ਨਾਲ ਨਾਲ ਫਿਰ ਅਸੀਂ ਗੱਲਾਂ ਕਰਦੇ ਹਾਂ ਕਿ ਟ੍ਰੇਲਰ ਦੇ ਵਿੱਚ ਚੱਲ ਕੀ ਰਿਹਾ ਹੈ। ਜਸ ਯਾਰ, ਮੈਨੂੰ ਤਾਲੀ ਗੱਲ ਹੈ, ਰਹਿਣ ਦੇ ਯਾਰ, ਮੈਂ ਤੈਨੂੰ ਕੋਈ ਹੋਰ ਐਨਆਰਆਈ ਕੁੜੀ ਲੱਭ ਦੂੰ। ਉਹ ਤੂੰ ਹੌਲੀ ਬੋਲ, ਕਿਸੇ ਨੇ ਦੇਖ ਲਿਆ ਪੰਗਾ ਪੈ ਜੂ। ਬਸ ਮੇਰੇ ਵਾਂਗੂ ਮੱਝ ਦੀ ਆਵਾਜ਼ ਕੱਢ। ਪਹਿਲੀ ਗੱਲ ਤਾਂ ਇਹ ਮੱਝ ਦੀ ਆਵਾਜ਼ ਤਾਂ ਬਿਲਕੁਲ ਨਹੀਂ ਲੱਗਦੀ ਮੈਨੂੰ, ਮੱਝ ਕਦੇ ਮੈਂ ਤਾਂ ਸੁਣੀ ਨਹੀਂ ਇੱਦਾਂ ਬੋਲਦੀ। ਦੂਸਰੀ ਗੱਲ, ਘੁੱਗੀ ਭਾਜੀ ਸ਼ੁਕਰ ਮਨਾਓ ਕਿ ਘਰਦਿਆਂ ਨੇ ਕਿਤੇ ਕੱਟਾ ਨਹੀਂ ਸੀ ਰੱਖਿਆ ਆ, ਨਹੀਂ ਤਾਂ ਇੱਥੇ ਤਾਂ ਬਾਲਟੀ ਚੱਕ ਕੇ ਧਾਰ ਚੋਣ ਲਈ ਆਏ ਨੇ। ਉਹ ਤੁਹਾਡੀ ਆਵਾਜ਼ ਜਿਵੇਂ ਦੀ ਹੈਗੀ ਆ, ਮੈਨੂੰ ਤਾਂ ਲੱਗਦਾ ਉਹ ਕੱਟਾ ਹੀ ਖੁੱਲ੍ਹਣਾ ਸੀਗਾ ਅਤੇ ਤੁਹਾਡੇ ਲਈ ਭੱਜਣਾ ਮੁਸ਼ਕਿਲ ਹੋ ਜਾਣਾ ਸੀ। ਮੇਰੀ ਇਹ ਧੀ ਨਾ ਲੱਕੀ ਡੌਲ ਹੈ। ਇਹਨੂੰ ਗੌਰ ਨਾ ਵੇਖੋ, ਡੌਲ ਨਹੀਂ ਡੌਲਫਿਨ ਹੈ। ਇਹਨੂੰ ਨੱਕ ਤੇ ਰੱਖ ਕੇ ਫੁੱਟਬਾਲ ਘਮਾਉਣਾ ਸਿਖਾਓ, ਇਹਦਾ ਤਾਂ ਸ਼ੋਅ ਬੜਾ ਚੱਲੇ। ਜਿੰਨੀ ਭੈਣ ਦੀ ਸਿਹਤ ਆ ਨਾ, ਇਹ ਤਾਂ ਨੱਕ ਦੇ ਨਾਲ ਫੁੱਟਬਾਲ ਦੀ ਸਾਰੀ ਹਵਾ ਅੰਦਰ ਖਿੱਚ ਲੇ ਤੇ ਅਰਨਾਲਡੋ ਤੋਂ ਰਹਿ ਜੂਗਾ ਨਾ ਫਿਰ ਕਿੱਕ ਮਾਰਨ ਤੋਂ। ਕਿਸੇ ਵੀ ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਾਹਿਬ ਤੇਰੇ ਡੈਡੀ ਆ, ਤੇ ਢਿੱਲੋਂ ਸਾਹਿਬ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ। ਖੜ ਜਾ ਮੀਤ ਮੇਰੇ ਡੈਡੀ ਆ ਤੇ ਢਿੱਲੋਂ ਸਾਹਿਬ ਕਿਹਦੇ ਘਰ ਵਾਲੀ ਆ ਯਾਰ। ਮੈਨੂੰ ਲੱਗਦਾ ਇਹ ਤਾਂ ਕੋਈ ਐਕਸਚੇਂਜ ਆਫਰ ਚੱਲ ਰਿਹਾ। ਭੱਲਾ ਸਾਹਿਬ, ਲੱਗਦਾ ਹੈ ਤੁਹਾਡੀ ਘਰ ਵਾਲੀ ਕਿਸੇ ਹੋਰ ਨਾਲ ਤੋਰਨ ਦੀ ਸਲਾਹ ਬਣਾਈ ਫਿਰਦੇ ਨੇ। ਕਾਕਾ ਜੀ ਦੀਆਂ ਹੌਬੀਜ਼ ਕੀ ਨੇ? ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ, ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਹਰਾ ਚੱਕ ਕੇ ਇੱਥੇ ਰੱਖਣਾ। ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ? ਕਰਾਉਣਾ ਹੈ ਤਾਂ ਫਿਰ ਚੁੱਪਚਾਪ ਆਪਣੀ ਫੈਮਿਲੀ ਨੂੰ ਲੈ ਕੇ ਮੇਰੇ ਘਰੇ ਆ ਜਾਓ। ਇੱਕ ਤਾਂ ਪੰਜਾਬ ਦੀਆਂ ਕੁੜੀਆਂ ਦਾ ਨਹੀਂ ਪਤਾ ਲੱਗਦਾ, ਕਹਿੰਦੇ ਕੋਈ ਕਹਿੰਦੀ ਆ ਮੈਂ ਵੈਲੀ ਨਾਲ ਮੰਗੀ ਹੋਈ ਆ ਤੇ ਇੱਧਰ ਗਿੱਪੀ ਗਰੇਵਾਲ ਕੈਰੀ ਓਨ ਜੱਟਾ 2 ਦੇ ਵਿੱਚ ਨਾਲੇ ਤਾਂ ਸ਼ਤਰੰਜ ਖੇਡਦੇ ਨੇ, ਨਾਲੇ ਕਹਿੰਦਾ ਮੇਰੇ ਲੱਗੇ ਹੋਏ ਨੇ ਨੀਟ 3-4 ਗੋਰੀਏ ਤੇ ਸੋਨੂੰ ਬਾਜਵਾ ਫਿਰ ਕਹੀ ਜਾਂਦੀ ਆ ਜੇ ਵਿਆਹ ਕਰਾਉਣਾ ਤੇ ਘਰਦਿਆਂ ਨੂੰ ਘਰੇ ਲੈ ਕੇ ਆ, ਜੇ ਵਿਆਹ ਕਰਾਉਣਾ ਤੇ ਘਰਦਿਆਂ ਨੂੰ ਘਰੇ ਲੈ ਕੇ ਆ, ਇਹਦਾ ਮਤਲਬ ਫਿਰ ਅਸੀਂ ਸ਼ਰੀਫ ਤਾਂ ਸੜੇ ਰਹਿ ਜਾਂਗੇ ਨਾ। ਤੇਰੇ ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਤੂੰ ਵਿਆਹਿਆ ਹੋਇਆ? ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹਿਆ ਹੋਇਆ? ਏਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹਿਆ ਹੋਇਆ। ਸਾਡੀ ਤਾਂ ਬੇਟੀ ਖੜੀ ਹੈ ਨਾ ਜੀ। ਬਹਿ ਜਾਤੀ ਏ, ਹੁਣ ਲੱਗਦਾ ਮੈਂ ਵਿਆਹਿਆ ਹੋਇਆ। ਬਾਕੀਆਂ ਦਾ ਤੇ ਪਤਾ ਨਹੀਂ, ਪਰ ਬੀਐਨ ਸ਼ਰਮਾ ਜੀ ਤੁਹਾਨੂੰ ਦੇਖ ਕੇ ਜ਼ਰੂਰ ਲੱਗਦਾ ਕਿ ਤੁਹਾਡੇ 10-15 ਤਲਾਕ ਤਾਂ ਪੱਕੇ ਹੋਏ ਹੋਣਗੇ। ਚੱਕਰ ਚੱਲਦਾ ਮੇਰਾ ਕਿਤੇ। ਕੀ ਕਿਹਾ? ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਆਉਣੇ। ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ। ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ, ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਹਰੇ ਹੁਣ ਐ ਕੀਤਾ। ਪਿੱਠ ਪਿੱਛੇ ਕਰਾਂ ਸਾਲੇ, ਡਮਰੂਆ ਜਿਹੜਾ ਪਿੱਛੇ ਭਜਾਉਂ। ਢਿੱਲੋਂ ਸਾਹਿਬ, ਅੱਜ ਬਿੱਲੂ ਕੱਲਾ ਨਹੀਂ, ਇੱਕ ਧੀ ਦਾ ਬਾਪ ਵੀ ਆਇਆ। ਬੁਲਾਓ ਫਿਰ ਉਹਨਾਂ ਨੂੰ। ਧੀ ਦਾ ਬਾਪ ਮੈਂ ਹੀ ਐ ਸਰ। ਨਾ ਸਾਰਾ ਕੁਝ ਹੁਣ ਤੁਹਾਨੂੰ ਟ੍ਰੇਲਰ 'ਚ ਹੀ ਦਿਖਾ ਦਈਏ, ਫਿਲਮ ਦੇਖਣ ਨਹੀਂ ਜਾਓਗੇ? नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।